ਸਿਵਲ ਹਸਪਤਾਲ ਫਗਵਾੜਾ ਵਿਖੇ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਬਲੱਡ ਬੈਂਕ ਲੋਕਾਂ ਦੀ ਲੋੜ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਵੱਲੋਂ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਹੈ। ਬਲੱਡ ਬੈਂਕ ਦੇ ਖੁੱਲ੍ਹਣ ਤੋਂ ਬਾਅਦ ਜਿੱਥੇ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਖੂਨਦਾਨ ਕੈਂਪ ਲਗਾ ਕੇ ਹਸਪਤਾਲ ਵਿਖੇ ਘਟ ਰਹੀ ਖੂਨ ਦੀ ਕਮੀ ਨੂੰ ਪੂਰਾ ਕੀਤਾ ਗਿਆ, ਉੱਥੇ ਹੀ ਸਿਵਲ ਹਸਪਤਾਲ ਦੇ SMO ਡਾਕਟਰ ਕਮਲ ਕਿਸ਼ੋਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮਿਲੀ ਇਸ ਮਨਜ਼ੂਰੀ ਤੋਂ ਬਾਅਦ ਹੀ ਬਲੱਡ ਬੈਂਕ ਨੂੰ ਖੋਲ੍ਹਿਆ ਗਿਆ ਹੈ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਇਸ ਬਲੱਡ ਬੈਂਕ ਦੇ ਬੰਦ ਹੋਣ ਨਾਲ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਉਹਨਾਂ ਦੀ ਇਸ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਗਿਆ ਹੈ। ਉਹਨਾਂ ਜ਼ਰੂਰਤਮੰਦ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਪਹਿਲਾਂ ਵਾਂਗ ਹੀ ਇਸ ਬਲੱਡ ਬੈਂਕ ਵਿੱਚੋਂ ਬਲੱਡ ਲਿਜਾ ਵੀ ਸਕਦੇ ਹਨ ਅਤੇ ਬਲੱਡ ਦਾਨ ਵੀ ਕਰ ਸਕਦੇ ਨੇ। ਸਿਵਲ ਹਸਪੀਟਲ ਫਗਵਾੜਾ ਵਿਖੇ ਬਲੱਡ ਬੈਂਕ ਦੁਆਰਾ ਰੀਸਟਾਰਟ ਹੋ ਗਿਆ, ਜੋ ਕਿ ਉਸ ਵੇਲੇ ਟੈਂਪਰਰੀ ਬੰਦ ਸੀਗਾ ਅਤੇ ਉਹਦੇ ਵਿੱਚ ਸਾਨੂੰ ਮਤਲਬ ਦੁਆਰਾ ਇੰਸਪੈਕਸ਼ਨ ਟੀਮ ਨੇ ਆ ਕੇ ਹੋਰ ਬਲੱਡ ਦਾ ਤਾਂ ਪਹਿਲਾਂ ਹੀ ਸਾਡੇ ਕੋਲ ਲਾਈਸੈਂਸ ਸੀਗਾ, FFLCS ਦਾ, ਉਸ ਤੋਂ ਬਾਅਦ ਕੰਪੋਨੈਂਟ ਉਹਦਾ ਵੀ ਸਾਨੂੰ ਉਹਨੇ ਲਾਈਸੈਂਸ ਇਸ਼ੂ ਕਰਤਾ ਅਤੇ ਅੱਜ ਦੇ ਸਾਡੇ VDO ਡਾਕਟਰ ਸੁਪ੍ਰੀਤ ਹੈ, ਸਾਡੇ ਸਟਾਫ ਨਰਸ ਮਨਜੀਤ ਹੈ, IG ਅਨੂ ਸੁਖਵਿੰਦਰ, ਇੱਕ ਆਪਣੇ ਸਰਕੀ IT ਹੋਰ ਹੈ ਮਨੂ, ਇੱਥੇ ਜੁਆਇਨ ਕੀਤਾ। ਅਸੀਂ ਅੱਜ ਕਲੱਬ ਹਿੰਦੁਸਤਾਨ ਕਲੱਬ ਵੱਲੋਂ ਜਿਹੜਾ ਕਿ ਇਹ ਫਸਟ ਡੇ ਦੁਆਰਾ ਜਿਹੜਾ ਕਿ ਅਸੀਂ ਦੁਆਰਾ ਰੀਸਟਾਰਟ ਕੀਤਾ, ਤੁਸੀਂ ਇਹ ਕੈਂਪ ਲਗਾ ਰਹੇ ਨੇ, ਜਿਹੜਾ ਡੋਨਰ ਲੈ ਕੇ ਆ ਰਹੇ ਨੇ, ਮੈਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਤੇ ਇਸ ਮੌਕੇ ਨੂੰ ਮਤਲਬ ਅਸੀਂ ਰੱਬ ਦਾ ਸ਼ੁਕਰਗੁਜ਼ਾਰ ਕਰਦੇ ਹਾਂ ਵੀ ਸਾਨੂੰ ਇਹ ਦੁਬਾਰਾ ਮੌਕਾ ਜਲਦੀ ਤੋਂ ਜਲਦੀ ਰੀਸਟਾਰਟ ਕਰਨ ਲਈ ਬਲੱਡ ਨੂੰ, ਜਿਹੜਾ ਕਿ ਲੋਕਾਂ ਨੂੰ ਇਹ ਸਹੂਲਤਾਂ ਮਿਲਣਗੀਆਂ। ਮੈਂ ਲੋਕਾਂ ਨੂੰ ਇਹ ਅਸੀਂ ਮੈਸੇਜ ਤੁਹਾਡੇ ਥਰੂ ਮੈਸੇਜ ਦੇਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਬਲੱਡ ਬੈਂਕ ਇੱਥੇ ਸ਼ੁਰੂ ਹੋ ਗਿਆ, ਅਸੀਂ ਸਾਰਿਆਂ ਨੂੰ ਫਰੀ ਬਲੱਡ, ਜਿਹੜੇ ਸਾਡੇ ਕੋਲ ਐਡਮਿਟ ਹੁੰਦੇ ਪੇਸ਼ੈਂਟ ਉਹਨਾਂ ਨੂੰ ਫਰੀ ਬਲੱਡ ਦੇਵਾਂਗੇ। ਸ਼ੋਰਟਲੀ ਅਸੀਂ ਹੁਣੇ ਕੰਪੋਨੈਂਟ ਵੀ ਜਿਹੜਾ ਕਿ ਪਲਾਜ਼ਮਾ PRBC ਜਿਹੜਾ ਉਹਨੂੰ ਕਹਿੰਦੇ ਨੇ ਆਪਾਂ ਉਹ ਵੀ ਦੇਵਾਂਗੇ ਅਤੇ ਉਸ ਜਿਹੜਾ ਇੱਧਰ ਉੱਧਰ ਜਾਣ ਨਾਲ ਪਰੇਸ਼ਾਨੀ ਹੁੰਦੀ ਸੀ ਉਹਨਾਂ ਨੂੰ ਪਤਾ ਲੱਗਦਾ ਸੀਗਾ, ਕਿਉਂਕਿ ਸਾਡਾ ਨੈਸ਼ਨਲ ਹਾਈਵੇ ਉੱਤੇ ਹੋਸਪਿਟਲ ਹੈਗਾ, ਟਰੋਮਾ ਆ ਜਾਂਦਾ ਉਸ ਇਮੀਡੀਏਟ ਬਲੱਡ ਚਾਹੀਦਾ, ਜਿਹੜਾ ਕਿ ਉਹਨਾਂ ਨੂੰ ਦੂਰ ਜਾ ਕੇ ਲੈ ਕੇ ਆਉਣਾ ਪੈਂਦਾ ਸੀਗਾ, ਹੁਣ ਇਹਦਾ ਦੀ ਪ੍ਰੋਬਲਮ ਨਹੀਂ ਆਏਗੀ। ਉੱਧਰ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਦੇ ਮੈਂਬਰਾਂ ਨੇ ਦੱਸਿਆ ਕਿ ਇਸ ਬਲੱਡ ਬੈਂਕ ਦੇ ਬੰਦ ਹੋਣ ਨਾਲ ਮਰੀਜ਼ਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹਨਾਂ ਸਿਹਤ ਵਿਭਾਗ ਅਤੇ ਸਰਕਾਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਮਰੀਜ਼ਾਂ ਦੀ ਜ਼ਰੂਰਤ ਨੂੰ ਮੁੱਖ ਰੱਖਦਿਆਂ ਬਲੱਡ ਬੈਂਕ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਅੱਜ ਲੋਕਾਂ ਦੀ ਮੁੱਖ ਸਹੂਲਤ ਨੂੰ ਦੇਖਦੇ ਹੋਏ ਅੱਜ ਸਿਵਲ ਹੋਸਪਿਟਲ ਫਗਵਾੜਾ ਦਾ ਬਲੱਡ ਬੈਂਕ ਜੋ ਬੀਤੇ ਦਿਨਾਂ ਤੋਂ ਕੁਝ ਦਿਨਾਂ ਤੋਂ ਬੰਦ ਚੱਲ ਰਿਹਾ ਸੀਗਾ, ਅੱਜ ਸ਼ੁਰੂ ਕੀਤਾ ਗਿਆ। ਅੱਜ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਸ ਕਲੱਬ ਫਗਵਾੜਾ ਵੱਲੋਂ ਅੱਜ ਸਮੂਹ ਰਕਤਦਾਨੀ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਿ ਡੋਨਰਾਂ ਦੇ ਸਹਿਯੋਗ ਦੇ ਨਾਲ ਅੱਜ ਖੂਨਦਾਨ ਕੈਂਪ ਲਗਾਇਆ ਗਿਆ। ਉਹ ਖੂਨਦਾਨ ਕੈਂਪ ਚੱਲ ਰਿਹਾ ਵਾ ਅਤੇ ਇਸ ਟਾਈਮ ਅੱਜ ਡੋਨਰਾਂ ਦੇ ਵਿੱਚ ਸਾਹ ਦੇਖਣ ਨੂੰ ਮਿਲ ਰਿਹਾ ਵਾ ਕਿ ਉਮੀਦ ਆ ਕਿ ਅੱਜ ਅਸੀਂ 40 ਤੋਂ 50 ਯੂਨਿਟ ਆਪਾਂ ਕਰਾਂਗੇ ਔਰ ਕਰੋਨਾ ਦੀਆਂ ਜੋ ਗਾਈਡਲਾਈਨਸ ਸਰਕਾਰ ਦੀ ਉਹਨਾਂ ਨੂੰ ਫੋਲੋ ਕਰਦੇ ਹੋਏ ਅੱਜ ਆਪਾਂ ਇਹ ਕੈਂਪ ਕਰ ਰਹੇ ਹਾਂ। ਔਰ ਮੇਰੀ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਹੈ ਜਿੱਥੇ ਜਿੱਥੇ ਵੀ ਇਹ ਦਰਸ਼ਕ ਦੇਖ ਰਹੇ ਨੇ ਕਿ ਪਲੀਜ਼ ਕਰੋਨਾ ਦਾ ਦੌਰ ਚੱਲ ਰਿਹਾ ਵਾ, ਕੈਂਪ ਨਹੀਂ ਲੱਗ ਰਹੇ ਔਰ ਇਸ ਟਾਈਮ ਬਲੱਡ ਦੀ ਡਿਮਾਂਡ ਬਹੁਤ ਹੈ ਔਰ ਆਪਣੀ ਸਵੈ ਇੱਛਾ ਦੇ ਨਾਲ ਖੂਨਦਾਨ ਕਰਨ ਆਪਣੇ ਟਾਈਮ ਦੇ ਮੁਤਾਬਕ ਤੁਸੀਂ ਆਓ। 24 ਆਵਰ ਬਲੱਡ ਬੈਂਕ ਖੁੱਲ੍ਹੇ ਨੇ ਔਰ ਤਾਂ ਕਿ ਜਿਹੜੇ ਲੋੜਵੰਦ ਮਰੀਜ਼ਾਂ ਨੂੰ ਖੂਨ ਮਿਲ ਸਕੇ, ਕਿਸੇ ਨੂੰ ਵੀ ਇਸ ਦੀ ਪ੍ਰੋਬਲਮ ਨਾ ਦਿਖਣੀ ਪਵੇ, ਇਸ ਲਈ ਸਮੂਹ ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਆ ਕੇ ਖੂਨਦਾਨ ਕਰੋ।